ਕੈਨੇਡਾ ਜਦੋਂ ਦਾ ਬਣਿਆ ਜਿਹੜੇ ਸਿੱਖ ਇੱਥੇ ਪਹੁੰਚੇ ਆ ਪਿਛਲੇ 125 ਸਾਲ ਤੋਂ ਇਹਦੀ ਤਰੱਕੀ ਦੇ ਵਿੱਚ ਯੋਗਦਾਨ ਪਾ ਰਹੇ ਆ ਚਾਹੇ ਇਹਦੀਆਂ ਸੜਕਾਂ ਬਣਾਉਣੀਆਂ ਸੀ ਚਾਹੇ ਰੇਲਵੇ ਤਿਆਰ ਕਰਨੀ ਸੀ ਅਤੇ ਚਾਹੇ ਸਮਾਜ ਸਿਰਜਣਾ ਸੀ ਹਰੇਕ ਖੇਤਰ ਦੇ ਵਿੱਚ ਜਿਹੜੇ ਸਿੱਖ ਨੇ ਪੰਜਾਬੀ ਨੇ ਉਹਨਾਂ ਨੇ ਮੋਹਰੀ ਰੋਲ ਨਿਭਾਇਆ ਹਰ ਖੇਤਰ ਦੇ ਵਿੱਚ ਜਿਹੜੇ ਆ ਇੱਥੋਂ ਦੇ ਬੱਚੇ ਆ ਉਹ ਬੜੀ ਤੀਬਰਤਾ ਦੇ ਨਾਲ ਵੱਡੀ ਗਿਣਤੀ ਵਿੱਚ ਭਾਗ ਲੈਂਦੇ ਆ ਹੁਣ ਵਾਟਰਲੂ ਜਿਹੜਾ ਕਿ ਅੰਟਾਰੀਓ ਦਾ ਇੱਕ ਸ਼ਹਿਰ ਆ ਉੱਥੋਂ ਦੇ 15 ਸਾਲਾਂ ਬੱਚੇ ਹਰਦਿੱਤ ਸਿੰਘ ਦਾ ਨਾਂ ਜਿਹੜਾ ਆ ਉਹ ਉੱਭਰ ਕੇ ਸਾਹਮਣੇ ਆ ਰਿਹਾ ਇਸ ਬੱਚੇ ਦੀ ਖੂਬੀ ਇਹ ਆ ਇਹਦੀ ਸ਼ਲਾਘਾ ਇਸ ਕਰਕੇ ਹੋ ਰਹੀ ਆ ਕਿ ਇਸਨੇ ਇੱਕ ਸਾਇੰਸ ਦਾ ਪ੍ਰੋਜੈਕਟ ਜਿਹੜਾ ਆ ਤਿਆਰ ਕੀਤਾ ਆ ਜਿਹਨੂੰ ਕਿ ਇੱਕ ਅੰਤਰਰਾਸ਼ਟਰੀ ਵਿਗਿਆਨ ਮੇਲੇ 'ਤੇ ਬਹੁਤ ਸ਼ਲਾਘਾ ਜਿਹੜੀ ਆ ਉਹ ਮਿਲੀ ਆ ਬਹੁਤ ਲੋਕਾਂ ਨੇ ਵਿਗਿਆਨੀਆਂ ਨੇ ਇਹਨੂੰ ਪਸੰਦ ਕੀਤਾ ਆ ਅੱਖਾਂ ਦੀ ਇਲਾਜ ਅਤੇ ਅੱਖਾਂ ਦੀ ਸਿਹਤ ਸੰਭਾਲ ਸੰਬੰਧੀ ਇਹਦੇ ਵੱਲੋਂ ਇੱਕ ਜਿਹੜਾ ਪ੍ਰੋਜੈਕਟ ਤਿਆਰ ਕੀਤਾ ਗਿਆ ਆ ਜਿਸ ਦੇ ਨਾਲ ਆਰਟੀਫਿਸ਼ਲ ਇੰਟੈਲੀਜੈਂਸ ਜਿਹੜੀ ਕਿ ਗਾਂਹ ਦੀ ਦੁਨੀਆ ਦੇ ਵਿੱਚ ਭਵਿੱਖ ਦੇ ਵਿੱਚ ਬਹੁਤ ਵੱਡਾ ਹਥਿਆਰ ਸਾਬਤ ਹੋਣਾ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਦੇ ਨਾਲ ਅੱਖਾਂ ਦਾ ਸਹੀ ਇਲਾਜ ਜਿਹੜਾ ਆ ਉਹ ਕਰਨ ਦੀ ਗੱਲ ਕੀਤੀ ਆ ਅਤੇ ਇਹਦਾ ਪ੍ਰੋਜੈਕਟ ਜਿਹੜਾ ਆ ਉਹ $300,000 ਜਿਹੜਾ ਆ ਉਹਦੀ ਕੀਮਤ ਆ ਜਦੋਂ ਕਿ ਜੇ ਉਸ ਸਿਸਟਮ ਦੇ ਨਾਲ ਜਿਹੜੇ ਹੁਣ ਇਲਾਜ ਹੋ ਰਹੇ ਆ ਉਹਨਾਂ ਦੀ ਜਿਹੜੀ ਕੀਮਤ ਆ $5,000 ਦੇ ਲਾਗੇ ਛਾਗੇ ਹੈਗੀ ਆ ਸੋ ਇਹ ਬੱਚਾ ਜਿਹੜਾ ਕਿ 10ਵੀਂ ਕਲਾਸ ਦਾ ਵਿਦਿਆਰਥੀ ਆ ਉਹਨੇ ਦੱਸਿਆ ਕਿ ਮੇਰੇ ਇੱਕ ਦੋਸਤ ਦੀ ਅੱਖ ਵਿਚਲੇ ਰੈਟਿਨਾ ਨੂੰ ਪ੍ਰੋਬਲਮ ਸੀਗੀ ਜਿਸ ਦੇ ਕਾਰਨ ਮੈਨੂੰ ਇਸ ਪਾਸੇ ਦੀ ਚੇਟਕ ਲੱਗੀ ਕਿ ਮੈਂ ਇਸ ਪਾਸੇ ਇਲਾਜ ਵਾਸਤੇ ਕੁਝ ਕਰਨਾ ਆ ਉਹ ਗਾਂਹ ਦੀ ਗਾਂਹ ਖੋਜ ਕਰਦਾ ਰਿਹਾ ਅਤੇ ਅਖੀਰ ਜਾ ਕੇ ਉਹਨੇ ਇਹ ਜਿਹੜੀ ਖੋਜ ਆ ਉਹ ਕਰ ਮਾਰੀ ਆ ਸਪੈਕੂਲਰ ਨਾਂ ਦਾ ਇੱਕ ਪ੍ਰੋਜੈਕਟ ਜਿਹੜਾ ਉਹਨੇ ਤਿਆਰ ਕੀਤਾ ਆ ਅਤੇ ਉਹਦੀ ਇੱਛਾ ਆ ਕਿ ਵੱਡਾ ਹੋ ਕੇ ਉਹ ਕੰਪਨੀ ਖੋਲ੍ਹੇ ਕੰਪਨੀ ਖੋਲ੍ਹ ਕੇ ਆਪਣੇ ਇਸ ਪ੍ਰੋਜੈਕਟ ਨੂੰ ਅੱਗੇ ਵਧਾਵੇ ਤਾਂ ਕਿ ਉਹ ਇਲਾਕੇ ਕੈਨੇਡਾ ਤੋਂ ਸ਼ੁਰੂ ਕਰਕੇ ਉਹ ਇਲਾਕੇ ਜਿੱਥੇ ਕਿ ਜਿਹੜੀ ਸਿਹਤ ਸੰਭਾਲ ਆ ਇੰਨੀ ਨਹੀਂ ਹੈਗੀ ਰੂਰਲ ਇਲਾਕੇ ਨੇ ਪੇਂਡੂ ਇਲਾਕੇ ਨੇ ਜਾਂ ਰਿਮੋਟ ਇਲਾਕੇ ਜਿੱਥੇ ਘੱਟ ਵਸੋਂ ਹੈਗੀ ਆ ਉੱਥੇ ਜਾ ਕੇ ਉਹ ਚਾਹੁੰਦਾ ਕਿ ਇਹ ਇਲਾਜ ਜਿਹੜਾ ਹਰੇਕ ਨੂੰ ਸਸਤਾ ਅਤੇ ਉਪਲਬਧ ਹੋਵੇ ਜੀ ਸੋ ਇਸ ਬੱਚੇ ਦੀ ਕਾਫੀ ਜਿਹੜੀ ਹੈ ਸ਼ਲਾਘਾ ਹੋ ਰਹੀ ਆ ਵਾਕਿਆ ਬਹੁਤ ਹੀ ਮੁੰਡੇ ਨੇ ਮਾਣ ਵਾਲਾ ਕੰਮ ਕੀਤਾ ਆ ਅਜਿਹੇ ਬੱਚਿਆਂ ਦੇ ਉੱਤੇ ਜਿੰਨਾ ਵੀ ਮਾਣ ਕਰ ਲਈਏ ਉਨਾ ਥੋੜ੍ਹਾ ਜੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।